ਮੈਨੂੰ ਇਹ ਪੱਕਾ ਯਕੀਨ ਹੈ ਕਿ ਸਾਡੇ ਵਿੱਚੋਂ ਕਈਆਂ ਦੇ ਮਨ ਵਿੱਚ ਇਹ ਸਵਾਲ ਹੋਊਗਾ ਕਿ ਕੁਝ ਵੀ ਸਿੱਖਣਾ ਹਮੇਸ਼ਾ ਇੰਨਾ ਮੁਸ਼ਕਿਲ ਕਿਉਂ ਹੁੰਦਾ ਹੈ, ਜਦਕਿ ਇੰਟਰਟੇਨਮੈਂਟ ਕਰਨਾ ਹਮੇਸ਼ਾ ਈਜ਼ੀ ਅਤੇ ਮਜ਼ੇਦਾਰ ਹੁੰਦਾ ਹੈ। ਅਸਲ ਵਿੱਚ ਇਹ ਸਭ ਸਾਡੇ ਦਿਮਾਗ ਦੀ ਖੇਡ ਹੈ। ਅਸੀਂ ਆਪਣੇ ਦਿਮਾਗ ਵਿੱਚ ਇਹ ਗੱਲ ਮੰਨ ਲਈ ਹੈ ਕਿ ਸਿੱਖਣਾ ਹਮੇਸ਼ਾ ਹੀ ਬੋਰਿੰਗ ਹੁੰਦਾ ਹੈ ਤੇ ਇੰਟਰਟੇਨਮੈਂਟ ਹਮੇਸ਼ਾ ਹੀ ਮਜ਼ੇਦਾਰ। ਥ੍ਰੀ ਇਡੀਅਟਸ ਵਾਲੇ ਉਸ ਰੈਂਚੋ ਬਾਬਾ ਦੀ ਗੱਲ ਯਾਦ ਕਰੋ ਜਦੋਂ ਵਾਇਰਸ ਨੂੰ ਕੁਝ ਸਿਖਾ ਰਿਹਾ ਹੁੰਦਾ ਹੈ ਕਿ ਆਪਣੀ ਲਾਈਫ ਨੂੰ ਕੁਝ ਮਿੰਟ ਪਿੱਛੇ ਲਿਜਾ ਕੇ ਦੇਖੋ। ਤੁਹਾਡੇ ਵਿੱਚੋਂ ਕਿਸੇ ਨੇ ਵੀ ਇਹ ਗੱਲ ਸੋਚੀ ਕਿ ਯਾਰ ਅੱਜ ਕੁਝ ਨਵਾਂ ਸਿੱਖਣ ਨੂੰ ਮਿਲੂਗਾ, ਕਿੰਨਾ ਮਜ਼ਾ ਆਊਗਾ? ਬਿਲਕੁਲ ਨਹੀਂ। ਬਸ ਸਾਰੇ ਦੇ ਸਾਰੇ ਹੋ ਗਏ ਰੈਟ ਰੇਸ ਵਿੱਚ ਸ਼ਾਮਿਲ, ਤੇ ਇਹ ਰੇਸ ਹੀ ਹੈ ਜੋ ਸਾਨੂੰ ਜ਼ਿੰਦਗੀ ਵਿੱਚ ਕੁਝ ਨਵਾਂ ਸਿੱਖਣ ਨਹੀਂ ਦਿੰਦੀ। ਤੇ ਜਦੋਂ ਅਸੀਂ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਬੋਰ ਹੋ ਜਾਂਦੇ ਹਾਂ। ਇਸ ਲਈ ਲਾਈਫ ਵਿੱਚ ਜਦੋਂ ਵੀ ਕੁਝ ਨਵਾਂ ਸਿੱਖਣਾ ਹੈ ਤਾਂ ਉਸਨੂੰ ਇੰਟਰਟੇਨਮੈਂਟ ਨਾਲ, ਮਜ਼ੇ ਨਾਲ ਜੋੜ ਦਿਓ। ਜਦੋਂ ਸਿੱਖਣ ਨੂੰ ਤੁਸੀਂ ਇੰਟਰਟੇਨਮੈਂਟ ਨਾਲ ਜੋੜ ਦਿਓਗੇ ਤਾਂ ਤੁਹਾਨੂੰ ਉਹ ਕੰਮ ਕਰਦੇ ਸਮੇਂ ਕਦੇ ਵੀ ਬੋਰੀਅਤ ਮਹਿਸੂਸ ਨਹੀਂ ਹੋਊਗੀ। ਸੋ ਅਗਲੀ ਵਾਰ ਜਦੋਂ ਤੁਸੀਂ ਕੈਮਿਸਟਰੀ ਵਿੱਚ ਪੜ੍ਹੋ ਕਿ ਲੂਣ ਦਾ ਮਤਲਬ NaCl ਹੁੰਦਾ ਹੈ ਤਾਂ ਮਨ ਵਿੱਚ ਇਹ ਸੋਚੋ ਕਿ ਤੁਹਾਨੂੰ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਇੱਕ ਨਵਾਂ ਤਰੀਕਾ ਮਿਲ ਗਿਆ ਕਿ ਯਾਰ ਸਬਜ਼ੀ ਵਿੱਚ NaCl ਥੋੜਾ ਘੱਟ ਹੈ, ਪਲੀਜ਼ ਪਾਸ ਕਰ ਦਿਓ। ਤੇ ਜਦੋਂ ਫਿਜ਼ਿਕਸ ਵਿੱਚ ਲਾਈਟ ਤੇ ਸਾਊਂਡ ਦੀ ਸਪੀਡ ਬਾਰੇ ਪੜ੍ਹੋ ਤਾਂ ਉਸਨੂੰ ਆਤਿਸ਼ਬਾਜ਼ੀ ਨਾਲ ਜੋੜ ਦਿਓ ਕਿ ਅੱਛਾ ਇਹ ਕਾਰਨ ਹੈ ਕਿ ਆਤਿਸ਼ਬਾਜ਼ੀ ਦੀ ਚਮਕ ਪਹਿਲਾਂ ਦਿਖਾਈ ਦਿੰਦੀ ਹੈ ਤੇ ਆਵਾਜ਼ ਬਾਅਦ ਚ ਆਉਂਦੀ ਹੈ। ਜਦੋਂ ਤੁਸੀਂ ਪੜ੍ਹਾਈ ਨੂੰ ਕੁਝ ਵੀ ਸਿੱਖਣ ਨੂੰ ਮਜ਼ੇ ਨਾਲ ਜੋੜ ਦਿਓਗੇ, ਇੰਟਰਟੇਨਮੈਂਟ ਨਾਲ ਜੋੜ ਦਿਓਗੇ ਤਾਂ ਕੁਝ ਵੀ ਸਿੱਖਣਾ ਤੁਹਾਡੇ ਲਈ ਬਹੁਤ ਜ਼ਿਆਦਾ ਈਜ਼ੀ ਹੋ ਜਾਊਗਾ ਤੇ ਇਹ ਪੁਆਇੰਟ ਤੁਹਾਡੀ ਲਾਈਫ ਵਿੱਚ ਗੇਮ ਚੇਂਜਿੰਗ ਸਾਬਿਤ ਹੋ ਸਕਦਾ ਹੈ। ਜੇ ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਜਨਾਬ। ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰਿਓ ਕਿ ਇਹ ਹਰ ਸਟੂਡੈਂਟ ਤੇ ਟੀਚਰ ਤੱਕ ਪਹੁੰਚ ਸਕੇ, ਕਿਉਂਕਿ ਸਟੂਡੈਂਟਸ ਦੇ ਐਗਜ਼ਾਮ ਜਮਾਂ ਸਿਰ ਤੇ ਹੈ। ਲਾਸਟ ਦਿਨਾਂ ਵਿੱਚ ਐਗਜ਼ਾਮ ਦੀ ਤਿਆਰੀ ਨਾਲ ਜੁੜਿਆ ਇੱਕ ਡਿਟੇਲ ਵੀਡੀਓ ਮੈਂ ਬਸ 1-2 ਦਿਨਾਂ ਵਿੱਚ ਇਸ ਚੈਨਲ ਤੇ ਅਪਲੋਡ ਕਰੂੰਗਾ। ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਣਾ ਨਾ ਭੁੱਲਿਓ ਜਨਾਬ। ਇਸ ਚੈਨਲ ਤੇ ਅਪਲੋਡ ਹੋਣ ਵਾਲਾ 1 ਜਾਂ 2 ਮਿੰਟ ਦਾ ਕੋਈ ਵੀ ਕੁਇਕ ਮਾਰਨਿੰਗ ਲੈਸਨ ਤੁਹਾਡੀ ਪੂਰੀ ਲਾਈਫ ਚੇਂਜ ਕਰ ਸਕਦਾ ਹੈ। ਗੁੱਡ ਬਾਏ ਐਂਡ ਹੈਵ ਏ ਪ੍ਰੋਡਕਟਿਵ ਡੇ।